ਭਾਈ ਮੈਨੀ ਵਰਮਾ ਕਲੱਬ ਚੜਿਆ ਪਿਆਰ ਉਹਦੀ ਜਿੱਤ ਹਮੇਸ਼ਾ ਕਰ ਭਾਈ ਕਰ ਸਟਾਰਟ ਕਰ ਯਾਰ ਪਹਿਲਾ ਕਰ ਦੇ ਵਾਰ ਪਹਿਲਾ ਵਾਰ ਕਦੇ ਡਾਗਰ ਨੇ ਕੀਤਾ ਸੀ ਪਰ ਜਿੱਤ ਨਹੀਂ ਹੋਈ ਸੀ ਜੀ ਗੱਲ ਇਹ ਨਹੀਂ ਇੱਥੇ ਆ ਦਿਲਸ਼ਾਦ ਹੋਈ ਆ ਵੀਰੇ ਕਦੇ ਸ਼ੁਰੂਆਤ ਹੋਈ ਆ ਇੱਕ ਪਾਸੇ ਹਰਿਆਣੇ ਵਾਲੇ ਜਾਟ ਹੈ ਦੂਜੇ ਪਾਸੇ ਪੰਜਾਬ ਵਾਲੇ ਜੱਟ ਵਰਗ ਦੇ ਆ ਆਰ ਵੇਖਦੇ ਆ ਸਾਹਮਣੇ ਕਮਾਲ ਹੋਈ ਜਾਂਦੀ ਹੈ ਮੇਰੀ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਕਮਾਲ ਹੋਈ ਪਈ ਆ ਲੋਕ ਤਗੜੇ ਮੈਚ ਦੀ ਸ਼ੁਰੂਆਤ ਹੋ ਗਈ ਆਪਾਂ ਇਧਰ ਮੈਦਾਨ ਅੰਦਰ ਭਾਈ ਜੀ ਕੁਆਟਰ ਸ਼ਾਸਤਰੀ ਮੈਂ ਸ਼ੇਰੂ ਔਰ ਛੋਟੂ ਜਾ ਰਹੀਆਂ 2 ਨੰਬਰ ਗਰਾਊਂਡ ਤੇ ਲਾਈਵ ਦੇ ਸਾਹਮਣੇ 2 ਨੰਬਰ ਗਰਾਊਂਡ ਦੇ ਵਿੱਚ ਜਿਹੜਾ ਲਾਈਵ ਲੱਗਿਆ ਵੀਰ ਦਾ ਉਸ ਲਾਈਵ ਦੇ ਬਿਲਕੁਲ ਸਾਹਮਣੇ ਜਿਹੜੀਆਂ ਟਾਈਆਂ ਪਾਈਆਂ ਜਾ ਰਹੀਆਂ ਐ ਜੇਤੂ ਟੀਮ ਦਾ ਵੀਰੇ ਇੱਕ ਖਿਡਾਰੀ ਆ ਕੇ ਆਪਣੀਆਂ ਟਾਈਆਂ ਵੇਖ ਸਕਦਾ ਹੈ ਲਾਈਵ ਇਹ ਟਾਈਆਂ ਪਾਈਆਂ ਜਾਣਗੀਆਂ ਕੁਆਟਰ ਫਾਈਨਲ ਦੇ ਵੀਰੇ ਟਾਈਆਂ ਪਾਈਆਂ ਜਾ ਰਹੀਆਂ ਜੇਤੂ ਟੀਮ ਦੇ ਇੱਕ ਪਲੇਅਰ ਆ ਜਾਏਗਾ ਜਲਦੀ ਦੇ ਨਾਲ ਲਿਆ ਫਿਰ ਜੇ ਨਹੀਂ ਪੀਣੀ ਤਿੰਨੇ ਗਰਾਊਂਡਾਂ ਤੇ ਮੈਚ ਹੋ ਰਿਹਾ ਹੈ ਲਓ ਜੀ ਵੀਰੇ ਕੁਆਟਰ ਫਾਈਨਲ ਦੀਆਂ ਟਾਈਆਂ ਪਵਾ ਦਈਏ ਜੀ ਬੜੀਆਂ ਵਰਤੀਆਂ ਭਾਈ ਕਹਿੰਦੇ ਨਾ ਬੈਠ ਭਰਾ ਬਣੇ ਵੀਰੇ ਉੱਚਾ ਨਹੀਂ ਮੈਂ ਹੋ ਜੂ ਫਿਰ ਬੈਲ ਹੀ ਨਹੀਂ ਮਾਰਨਾ ਇਹ ਗੱਲ ਬਾਤ ਬਣੀ ਤਕਾਰੇ ਲੱਗ ਰਹੀ ਹੈ ਭਾਈਏ ਟਾਈਆਂ ਲਓ ਜੀ ਵੀਰੇ ਟਾਈਆਂ ਜੀ ਕੁਆਟਰ ਫਾਈਨਲ ਦੀਆਂ ਟੂਰਨਾਮੈਂਟ ਚੱਲੀਆਂ ਸੱਤ ਬਾਲਾਂ ਤੇ ਐਂਡ ਕਹਿੰਦੇ ਇੱਕ ਬੁਲਟ ਮੋਟਰਸਾਈਕਲ ਇਹਨੂੰ ਵੀਰੇ ਭਰਾ ਹੈ ਤੇ ਅੱਜ ਕੱਲ ਆਪਾਂ ਕਹਿ ਦਈਏ ਵੀ ਸ਼ਹਿਬਾਜ਼ਪੁਰੇ ਦੀ ਗਲੀਆਂ ਦੇ ਵਿੱਚ ਆਉ ਤੁਗ 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 ਹੁੰਦੀ ਹੈ ਇਹ ਐਂਡ ਆਪਾਂ ਕਹਿ ਦਈਏ ਜਿਹੜੀ 2 ਚੋਂ ਜਿੱਤ ਗਈ ਵੀਰੇ ਚੈਣੇਵਾਲ ਜਿਹੜਾ ਮੈਚ ਚੱਲਦਾ ਨਿਰਮਾਣੇ ਦਾ ਉਹਨੇ ਯੂਪੀ ਸ਼ਾਸਤਰੀ ਨਾਲ ਖੇਡਣਾ ਵੀਰੇ ਐਂਡ ਭਿੜ ਗਿਆ ਕੰਮ ਵੀਰੇ 2 ਦੀ ਜੇਤੂ ਯੂਪੀ ਸ਼ਾਸਤਰੀ ਨਾਲ ਚੈਣੇਵਾਲ ਦੀ ਟੀਮ ਖੇਡ ਰਹੀ ਹੈ ਦੂਜੇ ਪਾਸੇ ਨਿਰਮਾਣੇ ਵਾਲੇ ਮੁੰਡੇ ਆ ਹਰਿਆਣੇ ਦਾ ਏਰੀਆ ਹਰਿਆਣੇ ਦੀ ਸ਼ਾਹਪੁਰ ਤੇ ਕਮਾਣਾ ਇੱਕ ਮੈਚ ਰਹਿ ਗਿਆ ਬਾਲੋੜ ਤੇ ਰੈਸਰ ਖੋਲਦੇ ਫਿਰ ਵੀ ਉਹਨੂੰ ਬਾਲੋੜ ਤੇ ਰੈਸਰ ਦੀ ਟੱਕਰ ਹੋਣੀ ਆ ਵੀਰੇ ਬਾਲੋੜ ਤੇ ਰੈਸਰ ਹੁਣ ਲਾਲਾ ਲਾਲਾ ਹੋ ਜਾਣੀ ਆ ਪੂਰੀ ਬਾਲੋੜ ਤੇ ਰੈਸਰ ਜੇਤੂ ਵਰਸ ਯੂਪੀ ਸ਼ਾਸਤਰੀ ਉਹ ਮੂਸੇ ਪਿੰਡ ਆਉਣ ਲਾਤੇ ਨੀ ਅਣਖੀ ਨੇ ਗੀਤ ਚੱਕ ਦੇ ਆਸਰਾ ਤੋਂ ਨਾ ਲਾਉਂਦੇ ਚੁੰਨੀਆਂ ਆ ਤੇਰੇ ਬੱਕੀਆਂ ਸਾਲਾਂ ਦੇ ਜੱਟ ਬਾਈ ਬਾਈ ਪੈਣਗੇ ਪਟਾਕੇ ਪੂਰੇ ਵੀਰੇ ਬੇਬਲ ਇੰਨੇ ਨਹੀਂ ਕੱਪ ਬੋਲਦੇ ਹੁੰਦੇ ਵੀਰੇ ਕੱਪ ਨਾ ਵਾਲੇ ਬਲਾਓ ਯਾਰ ਕਿਹਦੀ ਦੁਨੀਆ ਹੈ ਹੋਣੀ ਵੀ ਕਹਿੰਦੇ ਦੁਨੀਆ ਹਾਲਾਤੀ ਪਰ ਜਿਹੜਾ ਬੰਦਾ ਜਾਦੇ ਚੜਾਈ ਕਰਦੇ ਰਹਾ ਹੈ ਇਹਨਾਂ ਇਹ ਤੂੰ ਖੇਡੂ ਯੂਪੀ ਸ਼ਾਸਤਰੀ ਨਾਲ ਵੀਰੇ ਰੈਸਰ ਤੇ ਬਾਲੋੜ ਦੀ ਟੱਕਰ ਹੋਣੀ ਹੈ ਪਰ ਜਿੰਨਾ ਚਿਰ ਲਿਖਿਆ ਹੈ ਤੇ ਅੱਤ ਕਰਾਈਏ ਮੂਸੇ ਵਾਲੇ ਨੂੰ ਦੁਨੀਆ ਯਾਦ ਕਰਦੇ ਦੁਨੀਆ ਤੋਂ ਭਾਵੇਂ ਚਲਿਆ ਗਿਆ ਹੈ ਪਰ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਹਰਿੰਦਰਲੇ ਪਾਸੇ ਆਹ ਮੈਚ ਵੀ ਕਹਿੰਦੇ ਬੜਾ ਚੋਟੀ ਦਾ ਹੈ ਜਿਹੜਾ ਖੇਡ ਦੇ ਮੈਦਾਨ ਦੇ ਅੰਦਰ ਸ਼ੇਰੂ ਦਾ ਇੰਨਾ ਹੀ ਜੇਤੂ ਨਾਲ ਵੀਰੇ ਆਹ ਮੈਚ ਵੀ ਕਹਿੰਦੇ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਹੈ ਨਵੀਂ ਹਰਿਆਣੇ ਵਾਲਿਆ ਪੰਜਾਬ ਵਾਲੇ ਤੇਰੇ ਗਲ ਤੇ ਗੁੱਠਾ ਰੱਖਣ ਨੂੰ ਫਿਰਦੇ ਆ ਹਰਿਆਣੇ ਵਾਲਿਆ ਤਿਆਰੀ ਫੜ ਲੈ ਵੀ ਦੇਸਾਂ ਮੈਂ ਦੇਸ ਹਰਿਆਣਾ ਜਿੱਤ ਦੂਧ ਦਹੀਂ ਦਾ ਖਾਣਾ ਹਰਿਆਣੇ ਵਾਲਿਆ ਬੱਲੇ ਬੱਲੇ ਕਰਾਉਣੀ ਪੈਣੀ ਆ ਬਾਈ ਜੀ ਤਾਈਆਂ ਕੱਢ ਦਿੱਤੀਆਂ ਕੁਆਟਰ ਦੀਆਂ ਜੀ ਸਾਰੇ ਵੀਰ ਮੈਂ ਸੁਣ ਲਓ ਜੀ ਕੁਆਟਰ ਰਾਊਂਡ ਦੇ ਲਈ ਮਾਨ ਖੇਡ ਦੀ ਟੀਮ ਦਾ ਮੈਚ ਆ ਵੀਰੇ ਜਿਹੜੀ ਟੀਮ 3 ਨੰਬਰ ਗਰਾਊਂਡ ਤੋਂ ਜਿੱਤ ਗਈ ਜੀ ਜਿਹੜੀ ਟੀਮ 3 ਨੰਬਰ ਗਰਾਊਂਡ ਤੋਂ ਜਿੱਤੇਗੀ ਉਹਦੇ ਨਾਲ ਖੇਡਣਾ ਮਾਨ ਖੇੜੇ ਨੇ ਔਰ ਜਿਹੜੀ ਟੀਮ 2 ਨੰਬਰ ਗਰਾਊਂਡ ਤੋਂ ਜਿੱਤ ਗਈ ਹੈ ਮਹਿੰਦੀ ਸ਼ਰਮਾ ਕਲੱਬ ਚੈਣੇਵਾਲ ਦਾ ਮੈਚ ਆ ਨਿਰਵਾਣੇ ਦੀ ਟੀਮ ਦੇ ਨਾਲ ਜਿਹੜਾ ਇਹਨਾਂ ਤੋਂ ਜਿੱਤ ਗਿਆ ਤੇ ਭੂਰਾ ਬੈਠਾ ਮੇਰੇ ਮਿੱਤਰੋ ਮਾਰਦਾ ਪੱਤਾਂ ਦੇ ਖਾਪੀਆਂ ਕਹਿੰਦਾ ਆ ਜਾਓ ਅੱਜ ਦੇਵਾਂਗੇ ਬਾਜਰਾ ਮਲਕ ਔਰ ਜਿਹੜੀ ਟੀਮ ਜਿੱਤੇਗੀ ਗਰਾਊਂਡ ਨੰਬਰ 1 ਤੋਂ ਉਹਦਾ ਮੈਚ ਆ ਕਮਾਣੇ ਦੀ ਟੀਮ ਦੇ ਨਾਲ ਤੇ ਦਲਪ੍ਰੀਤ ਗਿੱਲ ਕੈਨੇਡਾ ਕਲੱਬ ਬਲੋਟ ਦਾ ਮੈਚ ਰੈਸਰ ਨਾਲ ਆ ਪਟਾਕਾ ਵੱਡਾ ਪਿਆ ਇਸ ਤੋਂ ਬਾਅਦ
ਬਲੌਰ ਤੇ ਰਾਇਸਰ ਦੀਆਂ ਟੀਮਾਂ 2 ਨੰਬਰ ਗਰਾਊਂਡ ਦੇ ਦੀ ਅਗਲਾ ਮੈਚ ਬਲੌਰ ਤੇ ਰਾਇਸਰ ਵੀਰੇ ਬੀਤੀ ਆ ਟੀਮਾਂ ਦੇ ਖਿਡਾਰੀਆਂ ਨੂੰ ਆਓ ਸ਼ਹਿਬਾਜਪੁਰ ਵਾਲਾ ਟਰਾਈ ਤੇ ਕਰਦਾ ਪਰ ਬਾਲ ਜਿਹੜੀ ਆਊਟ ਆ ਆਓ ਸਾਹਮਣੇ ਕਹਿੰਦੇ ਕਮਾਲ ਹੋਈ ਪਈ ਆ ਵੀ ਮੁੰਡਾ ਖੇਡੇ ਵਾਲੀਬਾਲ ਲੋਕੋ ਕਰਦਾ ਕਮਾਲ ਤੇ ਜਿੱਤ ਹਾਰ ਦਾ ਨਾ ਜ਼ਿਆਦਾ ਪੁਆਇੰਟ ਅਜੇ ਚੱਲੇ ਹੀ ਆ ਕੰਮ ਵੀਰੇ ਨਸ਼ੇ ਪੱਤੇ ਤੋਂ ਰਹਿਤ ਪਲੇਅਰ ਤਗੜਾ ਹੈ ਅੱਜ ਦਾ ਸੱਤਾ ਨਾਮ ਹੈ ਵਾਲੀਬਾਲ ਦੇ जिथे जिथे जीनू जीनू जिमे जिमे जगह मिलती है ते उथे उथे बह जांगे ओ मैच भी कहिंदे फाइनल वर्गा खेडे जाणा है पर इधरले पासे सारी वधिया निकले आ कमल वीरे बड़े मानदे आ ना पंजाब वाले मानदे आ अज कहिंदे कुछ ना कुछ होऊ भी जा जे तेरा लौंग गवाचू जा फिर पुड़ा ढोल दा पाटू अज कुछ बन के हटू ए गल पक्की आ लै भी हरियाणे वाले आओ पंजाब वाले उत्ते नु चढ़दा है पर मुंडे हरियाणे वाले भी अज कहिंदे इक ते लाइव हरियाणा वालीबॉल शूटिंग लाइव वीरे मैदान दे अंदर ਵੱਡੇ ਕਹਿੰਦੇ ਬੱਲੇ ਬੱਲੇ ਕਰਵਾ ਰਹੇ ਆ ਵੀ ਮੈਂ ਹਰਿਆਣੇ ਦਾ ਜਾਟ ਪਿਆਰ ਕੀ ਹਾਮੀ ਕਰ ਲੂੰਗਾ ਇਸੇ ਗਰਾਊਂਡ ਵੀ ਅਵਰੇ ਰੈਸਰ ਤੇ ਬਾਲੋਟ ਇਸੇ ਗਰਾਊਂਡ ਤੇ ਬਾਲੋਟ ਤੇ ਰਵੀ ਤੇ ਪਹਿਲਵਾਨ ਵਾਲੇ ਠਿੱਕਾ ਹੈ ਇਹ ਕਹਿੰਦੇ ਆ ਵੀ ਜਾਂ ਤੋਂ ਹਰਿਆਣਾ ਵੱਜੇਗਾ ਨਹੀਂ ਤੋਂ ਜੂਤ ਵੱਜੇਗਾ ਆ ਹਰਿਆਣੇ ਵਾਲੇ ਮੁੰਡੇ ਕਹਿੰਦੇ ਕਮਾਲ ਹੈ ਜਿਹੜੀ ਖੇਡ ਦੇ ਮੈਦਾਨ ਦੇ ਅੰਦਰ ਉਹ ਕਰਵਾਈ ਆਉਂਦੇ ਆ ਲੈ ਵੀ ਕੁਝ ਨਾ ਕੁਝ ਇਹਨਾਂ ਦਾ ਕਰਨਾ ਪੈਣਾ ਮੁੰਡਿਆ ਨਾ ਵੀ ਬਲੋਟ ਵਾਲਿਆ ਕਿੰਨੇ ਕਿੰਨੇ ਨੰਬਰ ਨੇ ਨੰਬਰ ਇੱਕ ਵਾਰੀ ਦੱਸੀ ਮੇਰਾ ਵੀਰ ਚਾਰ 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 ਦੋਨੋਂ ਟੀਮਾਂ ਦੇ ਠੀਕ ਹੈ ਜੀ ਦੋਨੋਂ ਚੰਗੀਆਂ ਡਿੱਗ ਡਿੱਗ ਕੇ ਆ ਜਿਹਦੀਆਂ ਗੁੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਆਓ ਜਿਹਦੀਆਂ ਗੁੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਚਾਰ ਤੋਂ ਪੰਜ ਹੁਣ ਕੌਣ ਕਰਦਾ ਇਹਦੇ ਟਾਈਮ ਦੱਸੂਗਾ ਮੁੰਡੇ ਕਹਿੰਦੇ ਹਰਿਆਣੇ ਵਾਲੇ ਵੀ ਪੂਰੇ ਫਿੱਟ ਆ ਤੇ ਅੱਜ ਮੈਂਡੀ ਸ਼ਰਮਾ ਕਲੱਬ ਚੈਣੇਵਾਲ ਦੀ ਟੀਮ ਵੀ ਆ ਕਹਿੰਦੇ ਵੱਡੀ ਬਣ ਕੇ ਆਈ ਹੈ ਪਰ ਨੰਬਰ ਪੰਜਵੇਂ ਤੇ ਆਖਾਂ ਮੁੰਡਿਆਂ ਦੀ ਆਓ ਹਰਿਆਣੇ ਵਾਲਾ ਟਰਾਈ ਤੇ ਕਰਦਾ ਵੀ ਦਿਲਾ ਖੇਡ ਇਸ਼ਕ ਦੀ ਬਾਜੀ ਕਦੇ ਹਰ ਕੇ ਪੈ ਜੀ ਨਾ ਆਓ ਖਿਡਾਰੀ ਜਿੱਤ ਵੀ ਜਾਂਦੇ ਨੇ ਤੇ ਖਿਡਾਰੀ ਹਾਰ ਵੀ ਜਾਂਦੇ ਨੇ ਆਓ ਦਿਲਾ ਖੇਡ ਇਸ਼ਕ ਦੀ ਬਾਜੀ ਕਦੇ ਹਰ ਕੇ ਪੈ ਜੀ ਨਾ ਖਿਡਾਰੀ ਜਿੱਤ ਵੀ ਜਾਂਦੇ ਨੇ ਤੇ ਖਿਡਾਰੀ ਹਾਰ ਵੀ ਜਾਂਦੇ ਨੇ ਆਓ ਟੀਮਾਂ ਵੱਡੀਆਂ ਗਰਾਊਂਡ ਨੰਬਰ 1 ਜਿਹੜੀ ਮੈਨੂੰ ਲੱਗਦਾ ਵੀ ਸੈਂਡਾ ਜਿਹੜੇ ਹੈ ਨਹੀਂ ਸ਼ੇਰੂ ਦਾ ਮੈਚ ਅਜੇ ਹੈ ਨਹੀਂ ਵੀਰੇ ਇਹਨਾਂ ਦੀ ਜੇਤੂ ਨਾਲਾ ਸ਼ੇਰੂ ਦਾ ਮੈਚ ਵੀਰੇ ਜਿਹੜਾ ਮੈਚ ਜਿੱਤ ਗਿਆ ਨਾਈ ਵਾਲੇ ਵੀਰ ਇੱਕ ਵਾਰੀ ਦੱਸੋ ਜੀ ਸੈਂਡਾ ਹੋ ਗਈਆਂ ਕਿ ਗਰਾਊਂਡ ਨੰਬਰ 1 ਤੇ ਕਿ ਨਹੀਂ ਇੱਕ ਨੰਬਰ ਗਰਾਊਂਡ ਦੇ ਸੈਂਡਾ ਜਿਹੜੀਆਂ ਚੇਂਜ ਹੋ ਗਈਆਂ ਹੈ ਪਰ ਇਧਰਲੇ ਪਾਸੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਵੀ ਅੱਜ ਫੈਸਲਾ ਹੋ ਕੇ ਰਹੂ ਆਹ ਗੱਲ ਪੱਕੀ ਹੈ ਵੀ ਸਾਰਾ ਮੇਲਾ ਗਿਆ ਹੱਲ ਚੰਨਾ ਘਰੇ ਮੁੜ ਚੱਲ ਛੀਆਂ ਸੱਤਾਂ ਨੂੰ ਪੁਲਿਸ ਲੈ ਗਈ ਫੜ ਕੇ ਹਾਏ ਵੇ ਮੈਨੂੰ ਡਰ ਲੱਗੇ ਮੇਲੇ ਵਿੱਚ ਦਾਰੂ ਪੀ ਕੇ ਬੈਲੀਆਂ ਦੀ ਡਾਂਗ ਖੜ ਕੇ ਹਾਏ ਵੇ ਮੈਨੂੰ ਆਹ ਡਰ ਲੱਗੇ ਮੇਲੇ ਵਿੱਚ ਵੀ ਮੈਨੂੰ ਸਮਝ ਤੂੰ ਕੀ ਪਾ ਕੇ ਰੌਂਦ ਰੱਖਾਂ ਛੀ ਤੇਰੇ ਨੇੜੇ ਲੱਗੂ ਪਹਿਲਾਂ ਕੋਈ ਮਰ ਕੇ ਆਹ ਜੱਟ ਚਾਦਰੇ ਦੀ ਡੱਬ ਵਿੱਚ ਲੜਾਈ ਤੇਰੇ ਪੱਤਾ ਪਸਤੌਲ ਭਰ ਕੇ ਜੱਟ ਚਾਦਰੇ ਦੀ ਡੱਬ ਵਿੱਚ ਆਹ ਉਡਾਈ ਫਿਰੇ ਪੱਕਾ ਪਸਤੌਲ ਭਰ ਕੇ ਆਹ ਮੁੰਡੇ ਕਹਿੰਦੇ ਕਮਾਲ ਜਿਹੜੀ ਖੇਡਦੇ ਮੈਦਾਨ ਦੇ ਵਿੱਚ ਆਹ ਕਰੀ ਜਾਂਦੇ ਆ ਲਓ ਸਾਹਮਣੇ ਦੇਖਦੇ ਆ ਪੰਜਾਬ ਵਾਲਾ ਹਰਿਆਣੇ ਵਾਲਾ ਪੰਜਾਬ ਵਾਲਾ ਆਹ ਹਰਿਆਣੇ ਵਾਲਾ ਆਹ ਦੇਖਦੇ ਆ ਆਓ ਸਾਹਮਣੇ ਕਮਾਲ ਇੱਥੇ ਰੱਖਾ ਰੰਗਲੇ ਪੰਜਾਬ ਵਾਲੇ ਮੁੰਡੇ ਕਹਿੰਦੇ ਬੱਲੇ ਬੱਲੇ ਕਰਵਾ ਰਹੇ ਖੇਡ ਦੇ ਮੈਦਾਨ ਦੇ ਅੰਦਰ ਔਰ ਸਾਹਮਣੇ ਸ਼ਹਿਬਾਜਪੁਰੀਆ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਵਾਲੀਬਾਲ ਦਾ ਕਹਿੰਦੇ ਤੂਫਾਨ ਦਾ ਖਿਤਾਬ ਮਿਲਿਆ ਉਸ ਖਿਡਾਰੀ ਨੂੰ ਮੇਰੀ ਬੇਨਤੀ ਹੈ ਬਾਈ ਜੀ ਕਮਾਣੇ ਦੀ ਟੀਮ ਦੇ ਖਿਡਾਰੀ ਗਰਾਊਂਡ ਨੰਬਰ 1 ਦੇ ਨੇੜੇ ਆਓ ਜੀ ਕਮਾਣਾ ਕਿਰਨੇ ਦੀ ਟੀਮ ਦੇ ਖਿਡਾਰੀ ਗਰਾਊਂਡ ਨੰਬਰ 1 ਦੇ ਨੇੜੇ ਆ ਜਾਓ ਜਿਹੜੀ ਟੀਮ ਜਿੱਤ ਗਈ ਉਹ ਗਰਾਊਂਡ ਦੇ ਵਿੱਚ ਹੀ ਰਹੇ ਤੇ ਨਾਲ ਹੀ ਜਿਹੜੇ 3 ਚੋਂ ਜਿੱਤ ਗਏ ਉਹ ਵੀ ਗਰਾਊਂਡ ਦੇ ਵਿੱਚ ਹੀ ਰਹੇ ਵੀਰੇ ਉਹਨਾਂ ਦਾ ਮੈਚ ਖੇਡਿਆ ਜਾਵੇਗਾ ਮਾਨਖੇੜ ਦੀ ਟੀਮ ਦੇ ਨਾਲ ਜਿਹੜੀ ਟੀਮ 3 ਚੋਂ ਜਿੱਤ ਗਈ ਉਹ ਵੀ ਗਰਾਊਂਡ ਦੇ ਵਿੱਚ ਹੀ ਰਹੇ ਵੀਰੇ ਉਹਦਾ ਮੈਚ ਮਾਨਖੇੜ ਦੀ ਟੀਮ ਦੇ ਨਾਲ ਹੈ
और जेड़ी एक दो जिंदी है ओदा मैजा कमाणी दी टीम दे नाल इह जेतू टीमां जिहड़ियां ग्राउंड दे विच रहण गईआं मेरी बेनती है टीमों के खिडारियों नूं और दो नंबर ग्राउंड दे विच दिलप्रीत गिल कनेडा क्लब बलोट ते रायसर दीआं टीमां दे खिडारी है जिहड़े अपने आप नूं तैयार कर लैणगे उधर साडा वीर आ दिलप्रीत बसदा कनेडा दे विच मेरे मित्रों वी साढ़े 18 किलो तैली ना जट दे ऐडे वी नहीं मारे कुड़े मां जट दे आओ ओके ओके कमल 7-4 स्कोर आ जी 7 चने वाल 4 निर्वाणा तैली बाउंड नूं आओ पिंड च आ जट दी ट्रूडो जिड्डी टौर तेरे करके कनेडा फिर आउण नूं पिंड च आ जट दी ट्रूडो जिड्डी टौर तेरे करके कनेडा फिर आउण नूं आओ सामने शहबाजपुर वाला सत्ता नाल मुंडा कहिंदे गुरजीत दा चैणे वाली आ ते नाल बाबा आ मुंडा जिन्ने नंबर जोड़ू अज टूरनामेंट जो है ते वरिंदरा उन्ने 100-100 दिते जाणगे करनी पंडित कहदा वी आपां जिन्ने वी नंबर जोड़ूगा उन्ने 100-100 दे देंगे पर सामने नंबर मैनू लगदा वी कोर जुड़ गया लै वी दस किन्ने किन्ने हो गए बलोट वालिया नंबर लै वी नंबर दसीए 8 ते 4 8 ते 4 पंजाब वाले मुंडिया दे पॉइंट जिहड़े 8 है और हरियाणे वाले मुंडिया दे पॉइंट है जिहड़े 9-4 तों साइडां तेज आ भरे 9-4 तों 6 जी अगला मैच रैसर दे बालोट बालोट ते रवि ਤੇ ਪਹਿਲਵਾਨ ਰੈਸਰ ਦੇ ਲੱਡੂ ਵਾਲਾ ਤਿਆਰੀ ਫੜਦਾ ਹੈ ਜੇ 19 ਹੋ ਗਈ ਤੇ ਐਣ ਇੱਥੋਂ ਪਹਿਲਾਂ ਹੈ ਐਣ ਕਦੀ ਮਹਿਮੜੇ ਮਹਿਮੜੇ ਤੋਂ ਕਹਿੰਦੇ ਆਓ ਗੱਲਾਂ ਐਣ ਚੱਲਣ ਗਿਆ ਮੇਰੇ ਵੀਰੋ ਫਿਰ ਜਾ ਕੇ ਧਵਾਣਾ ਆਊ ਧਵਾਣੇ ਤੋਂ ਕਹਿੰਦੇ ਸਿੱਧੀ ਸੜਕ ਨਰਵਾਣੇ ਮੰਡੀ ਨੂੰ ਜਾਂਦੀ ਹੈ ਆਸੇ ਪਾਸੇ ਵੇਖਣ ਦੀ ਲੋੜ ਨਹੀਂ ਸੜਕ ਦੀ ਕਹਿੰਦੇ ਸੱਪ ਦੀ ਜੀਭ ਵਰਗੀ ਹੈ ਇਹ ਗੱਲ ਪੱਕੀ ਆ ਹਰਿਆਣੇ ਵਾਲਾ ਤਗੜਾ ਹੋ ਜਾ ਆਓ ਕੱਲੇ ਬਲੇ ਕਰਵਾਉਣੀ ਪੈਣੀ ਹੈ ਰਾਈਦਰਲੇ ਪਾਸੇ ਆਓ ਵੱਡਾ ਟਰਾਈ ਕਰਦਾ ਖੇਡ ਦੇ ਮੈਦਾਨ ਦੇ ਅੰਦਰ ਇਹ ਹਰਿਆਣੇ ਵਾਲੇ ਦਾ ਕਹਿੰਦੇ ਜਵਾਬੀ ਹਮਲਾ ਹੈ ਰਾਈਦਰਲੇ ਪਾਸੇ ਆਓ ਬੱਲੇ ਬੱਲੇ ਹੋਈ ਪਈ ਹੈ ਇਧਰਲੇ ਪਾਸੇ ਵੇਖਦੇ ਆ ਕਹਿੰਦੇ ਬੱਲੇ ਬੱਲੇ ਜਿਹੜੀ ਹੋਈ ਪਈ ਹੈ ਇਸ ਸਮੇਂ ਉੱਤੇ ਭਰੀ ਦਾ ਵੀ ਪਤਾ ਲੱਗ ਜੂ ਰੋਗ ਹੀ ਬਥੇਰਾ ਮੋਢੇ ਉੱਤੇ ਟੰਗੀ ਦਾ ਬਈ ਕਮਾਣੇ ਵਾਲੇ ਮੁੰਡੇ ਆਓ ਗਰਾਊਂਡ ਨੰਬਰ 1 ਦੇ ਵਿੱਚ ਕਮਾਣੇ ਦੀ ਟੀਮ ਵੀਰੇ ਕਮਾਣਾ ਕਿਰਨੇ ਦੀ ਟੀਮ ਦੇ ਖਿਡਾਰੀ ਗਰਾਊਂਡ ਨੰਬਰ ਵੀਰੇ ਜਲਦੀ ਦੇ ਨਾਲ 1 ਦੇ ਵਿੱਚ ਆ ਜਾਣੇ ਮੈਚ ਆਪਾਂ ਸ਼ੁਰੂ ਕਰਾਂਗੇ ਜਿਹੜੀ ਟੀਮ 3 ਤੋਂ ਜਿੱਤ ਗਈ ਹੈ ਉਹ ਵੀ ਗਰਾਊਂਡ ਦੇ ਵਿੱਚ ਹੀ ਰਹੇ ਮੇਰੀ ਗੁਜ਼ਾਰਿਸ਼ ਹੈ ਆਓ ਸਾਹਮਣੇ ਠੁੱਲੀ ਵਾਲੀ ਆ ਕਹਿੰਦੇ ਸਨੀ ਟਰਾਈ ਕਰਦਾ ਹੈ ਮੈਚ 2 ਤੇ ਵੀ ਬੜਾ ਚਾਵ ਨਾਲ ਖੇਡਿਆ ਜਾ ਰਿਹਾ ਹੈ ਲੈ ਵੀ ਬਾਬਿਆ ਤੋੜ ਦੇ ਬਈ ਪੱਟੀ ਤੇ ਜਾਂ ਫਿਰ ਕਹਿ ਦੇ ਜਿਹੜਾ ਮੁੰਡਾ ਤੇਰੇ ਸੱਜੇ ਫਿੱਟਾ ਦੇ ਚੈਣੇ ਵਾਲੀ ਇਹ ਵੀ ਸੱਤੇ ਵਰਗੇ ਸਣੀ ਵਰਗੇ ਕਰਦੀ ਪੰਡ ਤੋਂ ਮਾਰ ਕਰ ਰਹਾ ਮਲੇਸ਼ੀਆ ਇਹਨਾਂ ਦੀ ਟੱਕਰ ਹੋਣੀ ਹੈ ਯੂਪੀ ਸ਼ਾਸਤਰੀ ਨਾਲ ਵੀਰ ਸਾਡਾ ਬਾਹਰ ਨੇ ਜਿਹੜੇ ਵਾਲੀਬਾਲ ਖੇਡਦੇ ਪੈਸਾ ਲਾਉਂਦੇ ਆ ਆਓ ਸਾਹਮਣੇ ਅਗਲਾ ਨੰਬਰ ਜੋੜਨ ਦੇ ਲਈ ਤਿਆਰੀ ਜਿਹੜੀ ਫੜੀ ਹੋਈ ਆ ਵੀ ਕਦੇ ਨਾ ਗਰਾਊਂਡ ਚ ਵੱਜਣ ਥਾਪੀਆਂ ਆਓ ਮੇਧਿਆਂ ਚ ਸਿੱਟਣੇ ਜੇ ਚੌਰ ਤੇ ਕੜੀ ਤੇ ਉਹਨਾਂ ਦੀ ਆਜ਼ਾਦੀਆਂ ਦਾ ਰੇਡ ਪੁੱਛਣਾ ਜਿਹਨੇ ਬਈ ਸਰਾਬੇ ਦੀ ਕਿਤਾਬ ਨਹੀਂ ਪੜ੍ਹੀ ਹੈ ਤੇ ਢਿੱਲੋਂ ਟਾਵੇਂ ਪੈਰ ਛੰਡਦੇ ਨਿਸ਼ਾਨ ਚਿੱਤਦੇ ਆਓ ਨਲੂਏ ਦੇ ਚੇਲੇ ਅਫਗਾਨ ਜਿੱਤਦੇ ਤੇ ਡਰੂਆਂ ਦੇ ਨਾਨਕੇ ਲਾਹੌਰ ਨਹੀਂ ਹੁੰਦੇ ਲਿਮਟਾਂ ਤੇ ਚੱਕੀਆਂ ਨਾ ਜਾਣ ਅਣਖਾਂ ਤੇ ਅਕਲਾਂ ਨੂੰ ਪੈਂਦੇ ਕਦੇ ਚੋਰ ਨਹੀਂ ਹੁੰਦੇ ਲਿਮਟਾਂ ਤੇ ਚੱਕੀਆਂ ਨਾ ਜਾਣ ਅਣਖਾਂ ਅਕਲਾਂ ਨੂੰ ਪੈਂਦੇ ਕਦੇ ਚੋਰ ਹੁੰਦੇ ਵਾਕਈ ਲਾਓ ਸਾਹਮਣੇ ਵੇਖਦੇ ਆ ਹਰਿਆਣੇ ਤੇ ਪੰਜਾਬ ਦੀ ਕਦੇ ਚੋਟੀ ਦੀ ਟੱਕਰ ਹੈ ਮੇਰੀ ਵੀਰੋ ਵੀ ਨਲੂਏ ਸਰਾਬੇ ਉਹਨਾਂ ਕਿੱਥੋਂ ਜੰਮਣੇ ਦੋਜ ਜੀ ਨੂੰ ਮਿਲੇ ਫੈਂਟੀਆਂ ਤੇ ਕੋਕ ਦੀ ਸੱਥ ਵਿੱਚ ਧੌਣ ਦੀ ਚੁੱਕਣ ਦਿੱਤੀ ਓ ਧੀ ਜੋ ਹੈ ਮਾਪਿਆਂ ਦੀ ਪੱਗ ਬਾਰੇ ਸੋਚਦੀ ਵੀ ਇੰਸਟਾ ਤੇ ਲਾ ਕੇ ਜੋ ਨੱਚਣ ਸ਼ਰਮਾ ਮਾਪਿਆਂ ਦੇ ਕਹਿਣੇ ਵਿੱਚੋਂ ਬਾਹਰ ਲੱਗਦਾ ਹੈ ਰਿੰਕੂ ਆ ਬਰੇਡਾ ਨੇ ਹਲਾਤੀ ਦੁਨੀਆ ਹੈ ਸਿਰ ਚੁੰਨੀ ਦਾ ਵੀ ਕੁੜੀਆਂ ਨੂੰ ਭਾਰ ਲੱਗਦਾ ਹੈ ਰਿੰਕੂ ਆ ਬਰੇਡਾ ਨੇ ਹਲਾਤੀ ਦੁਨੀਆ ਹੈ ਸਿਰ ਚੁੰਨੀ ਦਾ ਵੀ ਕੁੜੀਆਂ ਨੂੰ ਭਾਰ ਲੱਗਦਾ ਸਿਰ ਚੁੰਨੀ ਦਾ ਵੀ ਕੁੜੀਆਂ ਨੂੰ ਭਾਰ ਲੱਗਦਾ ਹੈ ਇਹ ਗੱਲ ਵੀ ਸੱਚੀ ਦੇ ਪੱਕੀ ਹੈ ਬਾਈ ਜੀ 3 ਨੰਬਰ ਗਰਾਊਂਡ ਦੀ ਜੇਤੂ ਟੀਮ ਗਰਾਊਂਡ ਦੇ ਵਿੱਚ ਆ ਮਾਨਖੇੜੇ ਵਾਲੇ ਮੁੰਡਿਆਂ ਨੂੰ ਮੇਰੀ ਬੇਨਤੀ ਆ ਵੀਰੇ ਮਾਨਖੇੜੇ ਵਾਲੇ ਮੁੰਡੇ ਜਿਹੜੇ ਰਹਿੰਦੇ ਨੇ ਉਹ ਵੀ ਆ ਜਾਓ ਤੇ ਚਮਕੌਰ ਮੇਰਾ ਵੱਡਾ ਭਰਾ ਮੇਰੀ ਬੇਨਤੀ ਆ ਵੀਰੇ 1 ਨੰਬਰ 'ਚ ਵੀ ਆਪਾਂ ਨੂੰ ਇੱਕ ਰੈਫਰੀ ਲੱਭਣਾ ਪੈਣਾ ਔਰ 3 'ਚ ਵੀ ਮੇਰਾ ਵੀਰ ਬਣ ਕੇ 2 ਰੈਫਰੀ ਆਪਾਂ ਲਾ ਦਈਏ ਕਮਾਣੇ ਵਾਲੇ ਮੁੰਡੇ ਪਹੁੰਚ ਗਏ ਵੀਰੇ ਗਰਾਊਂਡ ਨੰਬਰ 1 'ਚ ਸ਼ਾਹਪੁਰ ਦੀ ਟੀਮ ਲੱਖੀ ਜਾਓ ਭੱਜ ਕੇ ਆ ਗਏ ਮੁੰਡੇ ਖੇਡੋ ਮੈਚ ਮੇਰੇ ਵੀਰ ਬਣ ਕੇ ਸਰਮਾਨ ਓਕੇ ਜੀ
लाओ सामने कमाल की टक्कर आए भी गति रतनगढ़ कोलो कोली आपूदर कोल कमाना है लखविंदर कमाना वीर का वड्डा मान है जी ये भरा सा अपना सन्मान प्राप्त कर लो लखविंदर कमाणा साडे वीर का मान है जी ये वीर अपने सन्मान प्राप्त कर लो जी और नाल ही सरदार गुरविंदर सिंह जी ये भी साडे भरा नूं मेरी बेनती है भी अपना सन्मान प्राप्त कर लो जी और नाल ही गुरपाल सिंह जी बोला गुरपाल सिंह जी बोला वो भी अपना सन्मान लो जी नाल हरदीप सिंह जी कनेडा ये भी सन्मान प्राप्त कर लैण अपना सरदार जसविंदर सिंह जी गिल इन्हों का भी सन्मान है और डॉक्टर महावीर कमाणा जी बड़े सत्कार के योग ने साडे बड़े पुराने और बड़े सुलझे हुए फरारी ने वह भी अपना मान सम्मान जिहड़ा जरूर प्राप्त कर लो जी जिहड़े जिहड़े वीरां दे नाम बोले ने वह मेरे वीर बन के सन्मान प्राप्त कर लो जी परम परम इधर गाउंड नंबर एक जी रैफरी ला दे एक मेरा वीर बन के जिहड़ा मर्जी ला दे रायसर वाले मुंडे ते नाल भलूट वाले मुंडे जिहड़े आ दो नंबर ग्राउंड दे लागे आ जाणगे लै वी दर्शक वीर कोठियां ते चढ़ जाओ कंधां ते चढ़ जाओ जिहड़ा मैच हुण खेडिया जाणा है बड़ा चोटी दा है मैच कने दो नंबर ग्राउंड दे विच बड़ा चोटी दा खेडिया जाणा बाकी हुण जिन्ने मैच खेडे जाणगे ते टॉप दे खेडे जाणगे गल पक्की क्योंकि क्वार्टर फाइनल मैच जिहड़े शुरू हो गए है चोटियां टीमां कहते अठ टीमां दे विच जा बसियां है और उस तो बाद गलां सैमीफाइनल दियां है ते फिर फैसले होणगे कि कीड़ी टीम ने भुगण वसदा है जिहड़ा मेला जितना है अज कईआं दी अख मैली है भुगण वसदे वड्डे मेले ते और सामने वेखदे आ इधरले पासे वाह ओए हरियाणे वालिया वाह ओए पंजाब वालिया कि अड़क अड़क के डिगदा है तैनू नशा जवानी दा है आ मुंडिया दी कहते जवानी ठाठा मारदी है मेरे वीरो हर ग्राउंडा दे विच पूरा कहते जोर लग्या होया है लाओ समर इधरले पासे मुंडे ने ट्राई ते कीती है कि कोशिश ते कीती है लभण लई लखां ने आओ जिन्हां नूं तूं दिसदा पर ओह कोई होर ही अखां ने स्पीकर खड़कना चाहिदा है गल फिर टिकाने लगो ये गल जड़ी पक्की है इधरले पासे कुछ समय की देर है ते आ मैच के फैसले ਜਿਹੜੇ ਹੋ ਜਾਣਗੇ ਰਵੀ ਆਓ ਟੀਮਾਂ ਦੇ ਖਿਡਾਰੀ ਜਲਦੀ ਦੇ ਨਾਲ ਕੰਤੇ ਆਓ ਭੱਜ ਕੇ ਖੇਡੋ ਮੈਚ ਜੀ ਬਹੁਤ ਵੱਡਾ ਧੰਨਵਾਦ ਹੈ ਆਰੋਕੇ ਦੇ ਰਿਪੋਰਟਾਂ ਮਿੱਤਰਾ ਵੱਡਾ ਤੇਰਾ ਵੀ ਧੰਨਵਾਦ ਆ ਬੜੀ ਪਿਆਰੀ ਤੇ ਬੜੀ ਬੁਲੰਦ ਆਵਾਜ਼ ਇਹਨਾਂ ਗਰਾਊਂਡਾਂ ਨੂੰ ਬਖਸ਼ੀ ਹੈ ਬੜੀ ਮੰਦੀ ਤੇ ਪਰਮੰਦੀ ਸਾਊਂਡ ਇਹਨਾਂ ਪਿੰਡਾਂ ਦੀ ਇਸ ਤੋਂ ਬਾਅਦ ਆਓ ਜੀ ਟੀਮਾਂ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ ਬਲੋਟ ਤੇ ਰਾਇਸਰ ਦੀ ਟੀਮਾਂ ਦੇ ਖਿਡਾਰੀ ਆ ਜਾਣ ਜੀ ਇਹ ਵੀ ਮੈਚ ਇੱਕ ਟਾਪ ਦਾ ਲੱਗਣਾ ਹੈ ਆਓ ਸਾਹਮਣੇ ਕਦੇ ਕਮਾਲ ਕਰ ਦਿੱਤੀ ਹੈ ਮੁੰਡੇ ਦਰਵਾਣੇ ਵਾਲੇ ਵੀ ਹੈ ਅੱਜ ਕਹਿੰਦੇ ਪੂਰੇ ਫੇਟਾ ਹੈ ਲੈ ਵੀ ਕਿੰਨੇ ਕਿੰਨੇ ਹੋ ਗਏ ਬਾਈ ਬਲੋਟ ਵਾਲਿਆ ਸੱਤ ਇਧਰ ਲਾਸਟ ਹੈ ਜੀ ਬਾਈ ਜੀ ਬਲੋਟ ਤੇ ਰਾਇਸਰ ਦੀਆਂ ਟੀਮਾਂ ਨੇੜੇ ਆ ਜੋ ਬਲੋਟ ਤੇ ਰਾਇਸਰ ਦੀਆਂ ਟੀਮਾਂ ਦੇ ਖਿਡਾਰੀ ਹੈ ਇਹ ਤੋਂ ਬਾਅਦ ਗਰਾਊਂਡ ਨੰਬਰ ਦੋਰੇ ਬਿਲਕੁਲ ਲਾਗੇ ਆ ਜਾਣੇ ਮੇਰੀ ਬੇਨਤੀ ਆ ਟੀਮਾਂ ਦੇ ਖਿਡਾਰੀਆਂ ਨੂੰ ਵੀ ਸ਼ਾਮਾਂ ਢਲ ਤੇ ਆਈਆਂ ਆਓ ਕੀ ਨੇ ਲੈਣੀਆਂ ਭਰਾਈਆਂ ਤੇ ਮੈਚ ਕੁਆਟਰ ਖੇਡਣ ਦੇ ਲਈ ਟੀਮਾਂ ਕਰਨ ਚੜਾਈਆਂ ਕਹਿਣ ਟੀਮਾਂ ਦੇ ਪਲੇਅਰ
ਹੁਣ ਲੋੜੀ ਨਹੀਂ ਉਹ ਦੇਰ ਤੇ ਜਿੱਤ ਵਾਲੇ ਝੱਟੇ ਦੇਣੇ ਕੱਢ ਮਿੱਤਰਾ ਆਹ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਇਧਰਲੇ ਪਾਸੇ ਕਹਿੰਦੇ ਕਮਾਲ ਜਿਹੜੀ ਹੋਈ ਜਾਂਦੀ ਹੈ ਮੇਰੇ ਵੀਰੋ ਬੇਸ਼ੱਕ 1 ਨਵੰਬਰ 1966 ਨੂੰ ਕਹਿੰਦੇ ਵਿਚਾਲੇ ਲਕੀਰ ਖਿੱਚ ਗਈ ਹਰਿਆਣੇ ਤੇ ਪੰਜਾਬ ਦੇ ਪਰ ਆਪਸੀ ਭਾਈਚਾਰਾ ਕਹਿੰਦੇ ਬਹੁਤ ਹੈ ਇਧਰਲੇ ਪਾਸੇ ਜਦੋਂ ਦਿੱਲੀ ਦੇ ਵਿੱਚ ਧਰਨਾ ਲੱਗਿਆ ਰਹਾ ਹੈ ਤੇ ਹਰਿਆਣੇ ਵਾਲਿਆਂ ਨੇ ਦੱਸਤਾ ਵੀ ਪੰਜਾਬ ਦਾ ਛੋਟਾ ਭਾਈ ਆ ਹਰਿਆਣਾ ਪਰ ਅੱਜ ਟੱਕਰ ਵੀ ਸਿਰੇ ਦੀ ਹੋ ਗਈ ਆ ਵੀ ਪੈਰ ਤੇਰੇ ਦੀ ਝਾਜਰ ਬਣ ਜਾ ਜਾਂ ਪੱਕੇ ਗਾਨੀ ਤੇਰੀ ਦੇ ਬਣ ਕੇ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਵੀ ਹੁਣ ਤੈਨੂੰ ਆਓ ਟੱਕਰਾਂਗੇ ਇਹ ਆ ਬਾਬਾ ਮੇਰੇ ਮਿੱਤਰੋ ਕਹਿਣੇ ਵਾਲੀ ਆ ਸ਼ੇਰੂ ਦਾ ਮੈਚ ਇਹਨਾਂ ਦੀ ਜੇਤੂ ਨਾਲ ਆ ਵੀਰੇ ਅਗਲਾ ਮੈਚ ਰੈਸਰ ਤੇ ਬਾਲੋਟ ਤੇ ਮੌਜਾਂ ਉੱਠਦੇ ਸਾਨੂੰ ਨਾਮ ਦਾ ਬਾਲੋਟ ਤੇ ਤਵੀ ਦੇ ਪਹਿਲਵਾਨ ਹਵਾਈ ਜਹਾਜ਼ ਆਪ ਚੜ ਗਏ ਤੇ ਮੁੰਡਾ ਸਿੱਖ ਗਿਆ ਲੀਡਰੀ ਕਰਨੀ ਆਓ ਕੰਜਿਆਂ ਨੂੰ ਕੰਘੇ ਵੇਚਦਾ ਤੇ ਖੂਨ ਚੂਸ ਗਈ ਆ ਸਾਡਾ ਮਹਿੰਗਾਈ ਆਓ ਖੂਨ ਦਾਨ ਕਿੱਥੋਂ ਕਰੀਏ ਤੇ ਸੁਬਾ ਉੱਠ ਸੀ ਗੁਰੂ ਘਰ ਜਾਈਦਾ ਬਿਜਲੀ ਦੀ ਕੁੰਡੀ ਪੱਟ ਗਈ ਹੈ ਔਰ ਜੀਦਿਆਂ ਵਾਲਾ ਗੱਲਾਂ ਲਾਉਂਦਾ ਟਾਣੇ ਟਿਕਾਣੇ ਮੇਰੇ ਮਿੱਤਰੋ ਔਰ ਸਾਹਮਣੇ ਸਾਡਾ ਵੀਰ ਕਹਿੰਦਾ ਹੁੰਦਾ ਹੈ ਵੀ ਜਦੋਂ ਸਿਰਿਆਂ 'ਚ ਲੱਤਾਂ ਹੋਈਆਂ ਸਾਡੀਆਂ ਤੇ ਲੱਤ ਮਾਰੀ ਪੈਨਸ਼ਨ ਨੂੰ ਜੀਦਿਆਂ ਵਾਲਾ ਕਹਿੰਦੇ ਗੱਲਾਂ ਲਾਉਂਦਾ ਟਿਕਾਣੇ ਆਓ ਸਾਹਮਣੇ ਸ਼ਹਿਬਾਜ਼ਪੁਰ ਵਾਲਾ ਵੀ ਜੇ ਨਲੂਆ ਨਾ ਮਰਦਾ ਤੇ ਕੰਮ ਸੀ ਮਹਾਰਾਜਾ ਰਣਜੀਤ ਸਿੰਘ ਨਾ ਜੇ ਪੈਂਦਾ ਜੇ ਆਂਢ ਗਵਾਂਢ ਦੀਆਂ ਤੇ ਸਾਡੇ ਗੋਰੇ ਪਾਉਂਦੇ ਪੱਠੇ ਮੇਮਾ ਭਾਂਡੇ ਵਾਜਦੀਆਂ ਆਓ ਸਾਡੇ ਗੋਰੇ ਪਾਉਂਦੇ ਪੱਠੇ ਮੇਮਾ ਭਾਂਡੇ ਵਾਜਦੀਆਂ ਹਰੀ ਸਿੰਘ ਨਲੂਏ ਦਾ ਉੱਪਲ ਗੋਤ ਸੀਗਾ ਆ ਵੀ ਮੁੰਡਾ ਕਹਿੰਦੇ ਉੱਪਲਾਂ ਦਾ ਪਰ ਸਾਹਮਣੇ ਮੁੰਡਾ ਕਹਿੰਦੇ ਬਰਨਾਲੇ ਵਾਲਾ ਕਰ ਗਿਆ ਗਲਤੀ ਔਰ ਸਫਲਤਾ ਜਿਹੜੀ ਨਰਵਾਣੇ ਦੀ ਟੀਮ ਦੇ ਖਾਤੇ ਵਿੱਚ ਮਨੋਜ ਚੌਧਰੀ ਨੇ ਸਟਾਰ ਭੇਜਿਆ ਬਹੁਤ ਬਹੁਤ ਧੰਨਵਾਦ ਜੀ ਮਨੋਜ ਚੌਧਰੀ ਜੀ ਸਟਾਰ ਭੇਜਣ ਵਾਸਤੇ ਧੰਨਵਾਦ ਰਵੀ ਦਾ ਮੈਚ ਹੀ ਅਗਲਾ ਵੀਰੇ ਬਾਰੇ ਦੇ ਪਾਸੇ ਨੰਬਰ ਲਾਸਟ ਆ ਆਹ ਜਿੱਤਾ ਹਾਰਾਂ ਦੇ ਨਾ ਫੈਸਲੇ ਅਧੂਰੇ ਰਹਿਣਗੇ ਤੇ ਤਗੜਾ ਮੈਚ ਮੇਰੇ ਮਿੱਤਰੋ ਆਹ ਪਟਾਕੇ ਸ਼ੇਰੂ ਯੂਪੀ ਜਾ ਵੀਰੇ ਪਟਾਕੇ ਜਿਹੜੇ ਆਓ ਪੂਰੇ ਪੈਣ ਜਿਹੜੇ ਲਓ ਜੀ ਚੈਣੇਵਾਲ ਜਿੱਤ ਗਈ ਚੈਣੇਵਾਲ ਤੇ ਯੂਪੀ ਸ਼ਾਸਤਰੀ ਟੱਕਰ ਹੋਣੀ ਆ ਰੈਸਰ ਦੇ ਪਲ ਹੋਣ ਦਾ ਅਗਲਾ ਮੈਚ ਵੀਰੇ ਔਰ ਜਿੱਤ ਗਈ ਆ ਮੈਂਡੀ ਸ਼ਰਮਾ ਕਲਬ ਚੈਣੇਵਾਲ ਦੀ ਟੀਮ ਤੇ ਪੇਚਾ ਗੋ ਕਿਹਦੇ ਨਾਲ ਆ ਭਲਾ ਵੱਡੀਆਂ ਟੀਮਾਂ ਨਾਲ ਆਓ ਗੱਲਬਾਤ ਲੱਗ ਜੂ ਟਿਕਾਣੇ ਨਿਗੇਂਦਰ ਇੱਕ ਰੈਫਰੀ ਭੇਜ ਦਿਓ ਮੇਰੀ ਬੇਨਤੀ ਹੈ ਬਾਈ ਜੀ ਦੋ ਨੰਬਰ ਗਰਾਊਂਡ ਦੀਆਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਆ ਜਾਣਗੀਆਂ ਆਹ ਮੈਚ ਕਹਿੰਦੇ ਬੜਾ ਚੋਟੀ ਦਾ ਖੇਡਿਆ ਜਾਣਾ ਮੇਰੀ ਵੀਰੋ ਵੀ ਨਿਗਾ